ਹੈਗਾ ਜੀ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਬਕਾ ਸਰਪੰਚ ਇਹਨਾਂ ਦੇ ਪਿੰਡ ਤੋਂ ਤੁਸੀਂ ਨੀ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਮੈਂ ਬੈਠ ਗਿਆ ਬੇਨਤੀ ਕੀਤੀ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਬਿਠਾ ਰਿਹਾ ਮੈਂ ਬੈਠ ਗਿਆ ਬਾਈ ਜੀ ਤੁਹਾਡੀ ਜਾਣ ਪਛਾਣ ਕੀ ਹੈ ਮੈਂ ਵਰਦੀ ਪਾਈ ਹੋਈ ਹੈ ਨਾ ਵਰਦੀ ਤਾਂ ਮੈਂ ਵੀ ਪਾ ਲੂ ਤੁਹਾਡੀ ਪੋਸਟਿੰਗ ਕਿੱਥੇ ਪਾ ਲੋ ਜੀ ਨਾ ਤੁਹਾਡਾ ਨਾਂ ਕੀ ਆ ਪੋਸਟਿੰਗ ਕੀ ਆ ਕੀ ਆ ਲੱਗਿਆ ਹੋਇਆ ਜੀ ਉੱਤੇ ਦੇਖ ਲੋ ਗੁਰਤੇਜ ਸਿੰਘ ਹਾਂਜੀ ਪੋਸਟਿੰਗ ਕਿੱਥੇ ਪੋਸਟਿੰਗ ਸਰ ਦੱਸ ਦੇਣਗੇ ਸੀਆਈਏ ਮੈਂ ਸੀਆਈਏ ਸਟਾਫ ਮੋਹਾਲੀ ਤੋਂ ਜੀ ਸਬ ਇੰਸਪੈਕਟਰ ਠੀਕ ਹੈ ਜੀ ਹਾਂਜੀ ਬਾਕੀ ਕਿੱਥੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਤੁਹਾਨੂੰ ਤੁਸੀਂ ਮੈਨੂੰ ਬਿਲਕੁਲ ਰਿਸਪੈਕਟਫੁਲੀ ਗੱਲ ਹੁੰਦੀ ਹੈ ਨਾ ਬਾਈ ਜੀ ਮੈਂ ਤੁਹਾਡੇ ਸਰਕਾਰ ਦੇ ਖਿਲਾਫ਼ ਗੱਲ ਕੀਤੀ ਹੈ ਤੁਸੀਂ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕੱਲੀ ਗੱਲ ਹੋ ਗਈ ਸਾਡੀ ਹੁਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੈ ਜਗਵੀਰ ਸਿੰਘ ਦਾ ਉਹ ਦੱਸ ਦਿੰਦੇ ਤੁਹਾਨੂੰ ਨਹੀਂ ਬ੍ਰਾਂਟ ਦਿਖਾਓ ਮੈਂ ਕਿਹਾ ਬ੍ਰਾਂਟ ਐਫ ਆਈ ਆਰ ਤੋਂ ਬ੍ਰਾਂਟ ਦੀ ਲੋੜ ਨਹੀਂ ਹੁੰਦੀ ਬਾਈ ਜੀ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਟ ਦੇ ਵਿੱਚ ਬਾਈ ਜੀ ਬ੍ਰਾਂਟ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ ਐਫ ਆਈ ਆਰ ਦੇ ਵਿੱਚ ਬ੍ਰਾਂਟ ਦੀ ਕੋਈ ਲੋੜ ਨਹੀਂ ਹੁੰਦੀ ਬ੍ਰਾਂਟ ਦੀ ਤਾਂ ਲੋੜ ਹੈ ਜੇ ਥੋੜੀ ਅਸੀਂ ਕੰਧ ਪਾੜ ਕੇ ਟੱਪਾ ਓਪਨ ਨਹੀਂ ਦੇਖੋ ਇੰਨੀਆਂ ਗੱਲਾਂ ਹੋ ਗਈਆਂ ਤੁਸੀਂ ਹੋਰ ਚੱਲਦੀ ਹੈ ਬਾਈ ਜੀ ਨਾ ਚੱਲੂ ਮੈਂ ਭੱਜਦਾ ਨੀ ਨਹੀਂ ਕੋਈ ਗੱਲ ਨੀ ਪਹਿਲੀ ਗੱਲ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ ਖਾਤਰ ਬ੍ਰਾਂਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨੀ ਤੁਹਾਡਾ ਵਕੀਲ ਦੱਸ ਦੇਵੇ ਤੁਹਾਡਾ ਵਕੀਲ ਦੱਸ ਦੇਵੇ ਵਕੀਲ ਦੀ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਤੁਹਾਡੇ ਕੋਲ ਪਾਵਰ ਆ ਸਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲ ਪਾਵਰਾ ਪਰ ਤੁਹਾਡਾ ਫਰਜ਼ ਆ ਬ੍ਰਾਂਟ ਦਿਖਾਉਣ ਦਾ ਸਾਨੂੰ ਬ੍ਰਾਂਟਾਂ ਦੀ ਜ਼ਰੂਰਤ ਨਹੀਂ ਹੈ ਮੈਂ ਐਫ ਆਈ ਆਰ ਦੇ ਬਿਹਾਵ ਤੋਂ ਤੁਹਾਨੂੰ ਅਰੈਸਟ ਕਰ ਰਿਹਾ ਜੀ ਐਫ ਆਈ ਆਰ ਕੀ ਆ ਬਾਈ ਜੀ ਆਈਡੈਂਟੀ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਗੱਲ ਕਰੂੰਗਾ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਬਾਈ ਜੀ ਮੈਂ ਤੁਹਾਨੂੰ ਇਹ ਦੱਸਦਾ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਮੋਹਾਲੀ ਜਾਣਾ ਠੀਕ ਹੈ ਆਈ ਟੀ ਸਿੱਧੀ ਥਾਣੇ ਪੁਲਿਸ ਸਟੇਸ਼ਨ ਥੋੜੀ ਐਫ ਆਈ ਆਰ ਲਾਉਣੀ ਮੈਂ ਕਹਿ ਰਿਹਾ ਸੈਕਸ਼ਨ ਹੀ ਦੱਸ ਰਿਹਾ ਮੈਂ ਹੁਣ 67 ਆਈ ਟੀ ਸਿਟੀ ਉਹ ਤੁਹਾਨੂੰ ਤੁਸੀਂ ਪੁੱਛੋ ਆਈ ਟੀ ਐਕਟ ਦੇ ਅਧੀਨ ਦਰਜ ਹੋਈ ਹੈ ਤੁਸੀਂ ਮੇਰੀ ਗੱਲ ਸੁਣੋ ਐਫ ਆਈ ਆਰ ਦਾ ਅਸੀਂ ਤੁਹਾਨੂੰ ਸਾਰਾ ਕੁਛ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਜ਼ਡ ਹੈ ਸੁਣੋ
ਤੁਸੀਂ ਅਕਿਊਜ਼ਡ ਹੈ, ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ। ਚਲੋ ਮੈਨੂੰ ਖਿੱਚਣ ਦੀ ਲੋੜ ਨੀ, ਮੈਂ ਆਪ ਪਹਿਲੀ ਵਾਰ ਜਾ ਰਿਹਾ ਸਾਰਾ ਸਾਹਿਬ ਵੀਡੀਓ ਬਣਾਈ। ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ, ਸਾਨੂੰ ਆਪਣੀ ਡਿਊਟੀ ਕਰਨ ਦੋ। ਤੁਸੀਂ ਡਿਊਟੀ ਚ ਵਿਘਨ ਪਾਉਂਗੇ, ਸੁਣੋ ਬ੍ਰਦਰ, ਅਗਰ ਤੁਸੀਂ ਡਿਊਟੀ ਚ ਵਿਘਨ ਪਾਉਂਗੇ, ਮੈਂ ਇੱਥੇ ਹੁਣੇ ਪੈਸੇ ਵਿਘਣ ਕਿਉਂ ਪਾਵਾਂਗੇ? ਅਸੀਂ ਤਾਂ ਸਾਨੂੰ ਆਦਰ ਮਾਨ ਨਾਲ ਬੁਲਾਇਆ, ਹੁਣ ਅਸੀਂ ਆਪਣੇ ਘਰੇ ਬੈਠੇ ਪੀਤੀ ਹੈ, ਤੁਹਾਨੂੰ ਮੰਦਰ ਦੇਣਾ ਬੋਲਿਆ, ਹੁਣ ਕੱਪੜੇ ਤਾਂ ਪਾ ਲੈਣ। ਚਲੋ ਕੱਪੜੇ ਪਾ ਲੋ, ਇੱਕ ਮਿੰਟ ਰੁਕੋ, ਮੈਂ ਮਨਾ ਕੀਤਾ ਵੀ ਕੱਪੜੇ ਨੀ ਪਾਣੇ, ਡਿਊਟੀ ਜੀ ਵਿਘਣ ਪਾ ਰਹੇ ਤੁਸੀਂ ਪਾ ਰਹੇ ਪਾ ਰਹੇ ਤੁਸੀਂ ਸਾਨੂੰ ਕੁਐਸਚਨ, ਤੁਸੀਂ ਪਾ ਰਹੇ ਕੋਈ ਨੀ, ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ, ਕੋਈ ਪ੍ਰੋਬਲਮ ਨਹੀਂ। ਤੁਸੀਂ ਮੈਨੂੰ ਇਹ ਦੱਸੋ, ਮੈਂ ਜਾਣ ਤੋਂ ਇਨਕਾਰ ਕੀਤਾ, ਤੁਸੀਂ ਤੁਰਦੇ ਤਾਂ ਹੈ ਨੀ, ਉਹ ਕੀ ਹੁੰਦਾ ਜਦੋਂ ਤੁਰਨਾ ਨੀ, ਉਹਨੂੰ ਕੀ ਕਹਿੰਦੇ ਹਸਪਤਾਲ? ਭਾਈ ਮੇਰੇ ਦਵਾਈ ਲੈ ਕੇ ਚੱਲੇ। ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਾਲਵਿੰਦਰ ਸਿੰਘ ਮਾਲੀ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਦੇ ਵਿੱਚ ਆਪਣੇ ਭਰਾ ਦੇ ਘਰ ਪਹੁੰਚੇ ਸੀ, ਤਾਂ ਉੱਥੇ ਪੁਲਿਸ ਪਹੁੰਚਦੀ ਹੈ ਅਤੇ ਉੱਥੋਂ ਦੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਤਾਂ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਨੇ ਮਾਲਵਿੰਦਰ ਸਿੰਘ ਮਾਲੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਇਸ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹਨਾਂ ਨੇ ਗ੍ਰਿਫਤਾਰੀ 'ਤੇ ਸਵਾਲ ਖੜ੍ਹੇ ਕੀਤੇ ਨੇ ਅਤੇ ਨਾਲ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੇ ਲਈ ਕਿਹਾ। ਮੋਹਾਲੀ ਪੁਲਿਸ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਦੇ ਖਿਲਾਫ਼ ਜੋ ਹੈ ਹੁਣ ਪਟਿਆਲਾ ਤੋਂ ਸੰਸਦ ਮੈਂਬਰ ਜੋ ਨੇ ਧਰਮਵੀਰ ਗਾਂਧੀ ਦੇ ਵੱਲੋਂ ਵੀ ਆਵਾਜ਼ ਚੁੱਕੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ 'ਚ ਜੰਮੂ ਕਸ਼ਮੀਰ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਇਸ ਪੋਸਟ 'ਚ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਕਸ਼ਮੀਰ ਨੂੰ ਆਜ਼ਾਦ ਕਰ ਦੇਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੇ ਕਸ਼ਮੀਰ ਨੂੰ ਪਾਕਿਸਤਾਨ ਅਤੇ ਭਾਰਤ ਦਾ ਨਾਜਾਇਜ਼ ਕਬਜ਼ਾ ਵੀ ਦੱਸਿਆ ਸੀ। ਤਾਂ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਤੋਂ ਮਾਲਵਿੰਦਰ ਸਿੰਘ ਮਾਲੀ ਸੁਰਖੀਆਂ ਦੇ ਵਿੱਚ ਨੇ ਅਤੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਇਸ ਗ੍ਰਿਫਤਾਰੀ ਦੇ ਮੌਕੇ ਦੇ ਉੱਤੇ ਜੋ ਗੱਲਬਾਤ ਹੋਈ ਹੈ ਉਹਨਾਂ ਅਤੇ ਪੁਲਿਸ ਦੇ ਵਿਚਕਾਰ, ਉਸਦੀ ਵੀ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।